ਰਾਜੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਤੁਸੀਂ ਜੋਨ ਜੀ ਤੁਹਾਡਾ ਮਨਪਸੰਦ ਫੇਵਰਿਟ ਚੈਨਲ ਇਦਾ ਪੰਜਾਬੀ ਅਤੇ ਦੇਖਦੇ ਹਾਂ ਅੱਜ ਇਟਲੀ ਦੀ ਸਿਚੁਏਸ਼ਨ ਸਾਨੂੰ ਕੀ ਕਹਿ ਰਹੀ ਹੈ ਜੀ ਇਟਲੀ ਦੇ ਵਿੱਚ 238000 ਟੈਸਟ ਕੀਤੇ ਜਾ ਗਿਆ 37242 ਨਵੇਂ ਕੇਸ ਸਾਹਮਣੇ ਆਏ 21035 ਹੋਇਆ ਮਰੀਜ਼ ਠੀਕ ਅਤੇ 699 ਮਰੀਜ਼ਾਂ ਦੀ ਹੋਈ ਮੌਤ ਚੱਲਦੇ ਆ ਜੀ ਆਪਣੀਆਂ ਖਬਰਾਂ ਵੱਲ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਸੀਂ ਸੁਣਿਆ ਕਿ ਕਿਸੇ ਸਾਫ ਦੇ ਨਾਲ ਇਟਲੀ ਨੇ ਖੋਲ ਦਿੱਤੇ ਨੇ ਇੱਕ ਵਾਰ ਫੇਰ ਪੇਪਰ ਉਹਨਾਂ ਮਾਲਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਿਨ੍ਹਾਂ ਨੇ ਗਲਤੀ ਦੇ ਨਾਲ ਕਲਿੱਕ ਕਰਤਾ ਹੀ ਜਾਂ ਫਿਰ ਜਿਨ੍ਹਾਂ ਨੇ ਟੈਕਸ ਤਾਰਿਆ ਹੀ ਪਰ ਕਿਸੇ ਬੰਦੇ ਦੇ ਪੇਪਰ ਨਹੀਂ ਭਰੇ ਸੀ ਬਹੁਤ ਸਾਰੇ ਬੰਦੇ ਨੇ ਇਦਾਂ ਲੱਖਾਂ ਦੇ ਵਿੱਚ ਗਿਣਤੀ ਹੈ ਜੀ ਇਦਾਂ ਬੰਦਿਆਂ ਦੀ ਗੱਲ ਕਰਦੇ ਆ ਜੀ ਆਪਣੀ ਦੁਪਹਿਰ ਵਾਲੀ ਵੀਡੀਓ ਬਾਰੇ ਜਿਹਨੂੰ ਤੁਸੀਂ ਤੁਸੀ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਵਾਇਰਲ ਕਰ ਦਿੱਤਾ ਪਹਿਲਾਂ ਸਭ ਤੋਂ ਤੁਹਾਡਾ ਸਾਰਿਆਂ ਤੋਂ ਪਹਿਲਾਂ ਆ ਥੈਂਕ ਯੂ ਗਣਜਾਨੀ ਜੀ ਜਿੰਨੇ ਵੀ ਬੰਦੇ ਨੇ ਡਾਊਨਲੋਡ ਕਰਕੇ WhatsApp ਤੇ ਭੇਜ ਕੇ ਜਾਂ ਫਿਰ ਜਿੱਦਾਂ ਵੀ ਕਿਦਾਂ ਉਸ ਚੀਜ਼ ਨੂੰ ਵਾਇਰਲ ਕਰ ਦਿੱਤਾ ਜੀ ਪੇਪਰ ਅਸਲ ਦੇ ਵਿੱਚ ਕਿਹਨਾਂ ਦੇ ਲਈ ਖੁੱਲੇ ਨੇ ਮੇਰੇ ਸਾਹਮਣੇ ਸ਼ਾਇਦ ਫਿਰ ਹਜੇ ਵੀ ਕੁਝ ਕੁਸ਼ ਇਦਾਂ ਵਿੱਚ ਥੋੜੀ ਬਹੁਤੀ ਗੱਲ ਕਲੀਅਰ ਕਰਨ ਵਾਲੀ ਇਹ ਜੋ ਪੇਪਰ ਖੁੱਲੇ ਆ ਜੀ ਇਹ ਸਿਰਫ ਉਹਨਾਂ ਮਾਲਕਾਂ ਦੇ ਲਈ ਹੈ ਜਿਨ੍ਹਾਂ ਮਾਲਕਾਂ ਨੇ ਟੈਕਸ ਤਾਰਿਆ ਉਸ ਤੋਂ ਬਾਅਦ ਕਿਸੇ ਵੀ ਬੰਦ ਮਾਲਕ ਕਹਿ ਲੋ ਏਜੰਟ ਕਹਿ ਲੋ ਟੈਕਸ ਤਾਰਿਆ ਪਰ ਕਿਸੇ ਬੰਦੇ ਦੇ ਪੇਪਰ ਨਹੀਂ ਪਰੇ ਜਾਫਰ ਜੀ ਨੇ ਗਲਤੀ ਨਹੀਂ ਪੁੱਛ ਨੂੰ ਜਿਹੜੇ ਪੇਪਰ ਆ ਭੇਜ ਦਿੱਤੇ ਸੀ ਸਿਰਫ ਉਹੀ ਮਾਲਕਾ ਜਿਨ੍ਹਾਂ ਬੰਦਿਆਂ ਨੇ ਇੱਕ ਵਾਰ ਪੇਪਰ ਭਰ ਦਿੱਤੇ ਆ ਏਜੰਟਾਂ ਦੇ ਕੋਲ ਭਰਾਏ ਆ ਮਾਲਕ ਦੇ ਕੋਲ ਭਰਾਏ ਆ ਉਹਨਾਂ ਬੰਦਿਆਂ ਨੂੰ ਜਿਹੜੇ ਪੇਪਰ ਆ ਆਪਣੇ ਭਰਾਂ ਦੀ ਫਿਲਹਾਲ ਦੁਆਰਾ ਭਰਾਂ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਸਿਰਫ ਉਡੀਕਣ ਦੀ ਲੋੜ ਆ ਕਿ ਉਹਨਾਂ ਦੀ ਫਾਈਲ ਚੈੱਕ ਕੀਤੀ ਜਾਵੇ ਤੇ ਉਹਨਾਂ ਨੂੰ ਸਜੋਰ ਨਾ ਦਿੱਤੀ ਜਾਣਾ ਸਜੋਰ ਨਾ ਦਿੱਤੀ ਜਾਣਾ ਕਿ ਨਾਰਮਲੀ ਘੱਟ ਤੋਂ ਘੱਟ ਸ਼ਾਇਦ ਜਨਵਰੀ ਫਰਵਰੀ ਤੋਂ ਜਨਵਰੀ 2021 ਤੋਂ ਥੋੜਾ ਜਿਹਾ ਪਹਿਲਾਂ ਹੋਣਾ ਮੁਸ਼ਕਲ ਲੱਗਦਾ ਹਾਂਜੀ ਜੇਕਰ ਕਿਸੇ ਨੇ ਫੋਲੀਆਂ ਪਤਾਸੇ ਜਾ ਰਹੇ ਸੋ ਕਿ ਹੋਣ ਉਹਦੇ ਪੇਪਰ ਪਹਿਲਾਂ ਵੀ ਨਿਕਲ ਸਕਦੇ ਨੇ ਜੀ ਅਤੇ ਉਸ ਤੋਂ ਬਾਅਦ ਇੱਕ ਹੋਰ ਬਹੁਤ ਸਵਾਲ ਪੁੱਛਿਆ ਜਾਂਦਾ 9 ਮਹੀਨੇ ਦੇ ਪੇਪਰ ਆਉਂਦੇ ਸੀ ਕੁਲਵੀਰ ਭਾਜੀ ਇਟਲੀ ਚ ਆ ਜਾਣੇ ਪਰ ਪੱਕਾ ਕਿਦਾਂ ਹਣਾ ਦੇਖੋ ਜਿਹੜਾ ਤੁਹਾਡਾ ਮਾਲਕ ਆ ਜਿਸ ਮਾਲਕ ਨੇ ਤੁਹਾਨੂੰ ਪੈਸੇ ਦਿੱਤੇ ਹੈ ਜਿੱਦਾਂ ਵੀ ਹੈ ਤੁਸੀਂ ਉਹਦੇ ਨਾਲ ਜਦੋਂ ਇਟਲੀ ਦੇ ਵਿੱਚ ਆਣੇ ਆ ਪਹਿਲੀ ਐਂਟਰੀ ਕਰਾਨੀ ਹੈ ਜੇਕਰ ਤੁਹਾਡੀ ਉਹ ਐਂਟਰੀ ਨਹੀਂ ਕਰਾਨਾ ਤਾਂ ਫਿਰ ਪੱਕਾ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਇਸ ਟੌਪਿਕ ਉੱਤੇ ਕਾਫੀ ਵੀਡੀਓ ਬਣਾਈਆਂ ਆ ਜੇ ਤੁਸੀਂ ਇੱਕ ਹੋਰ ਵੀਡੀਓ ਚਾਹੁੰਦੇ ਤਾਂ ਅਸੀਂ ਤੁਹਾਨੂੰ ਇੱਕ ਹੋਰ ਫਰੈਸ਼ ਵੀਡੀਓ ਬਣਾ ਕੇ ਦੇ ਦੇ ਦਿੰਦੇ ਆ ਕਿ ਕਿਹਦੇ ਸੱਸਾ ਅਜਨਨ ਤੋਂ ਤੁਹਾਡਾ ਕੋਈ ਚਾਂਸ ਹੈ ਪੱਕੇ ਹੋਣ ਦਾ ਜਾਂ ਫਿਰ ਨਹੀਂ ਚੱਲਦੇ ਆ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਯੂਮੋਂਟੇਡੀ ਸਟੇਟ ਨੇ ਕਿਹਾ ਜੀ ਕਿ ਸਾਡੀ ਸਟੇਟ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਟਲੀ ਦੇ ਵੰਡਣ ਵਾਲੀ ਵੈਕਸੀਨ ਅਲੇਸਾਂਦਰੀਆ ਜੇ ਨੂੰ ਠੰਡੀ ਰਾਜਧਾਨੀ ਵੀ ਗਿਆ ਜਾਂਦਾ ਠੰਡਾ ਸ਼ਹਿਰ ਵੀ ਗਿਆ ਜਾਂਦਾ ਜੀ ਇੱਥੇ ਰੱਖੀ ਜਾ ਸਕਦੀ ਆ ਵੈਕਸੀਨ ਜੋ ਕਿ ਪੂਰੇ ਇਟਲੀ ਦੇ ਵਿੱਚ ਫਿਲਹਾਲ ਸਿਰਫ ਉਹਨਾਂ ਨੇ ਆਪਣੇ ਵੱਲੋਂ ਪ੍ਰਪੋਸਟਾ ਕੀਤਾ ਸਰਕਾਰ ਨੂੰ ਉਸ ਤੋਂ ਬਾਅਦ ਸਰਕਾਰ ਦਾ ਮੰਨਣਾ ਨਾ ਮੰਨਣਾ ਮਰਜ਼ੀ ਹੈ ਜੀ ਪੀਮੋਂਤੇ ਨੇ ਇੱਕ ਹੋਰ ਕਦਮ ਅੱਗੇ ਚੱਕਿਆ ਜਿਉਂ ਕਹਿ ਰਹੇ ਨੇ ਜੀ ਸਾਨੂੰ ਡਾਕਟਰ ਨਰਸਾਂ ਦੀ ਲੋੜ ਆ ਇਹਦੇ ਲਈ ਸਾਨੂੰ ਜੇਕਰ ਇਟਲੀ ਦੇ ਵਿੱਚੋਂ ਡਾਕਟਰ ਨਰਸਾਂ ਨਹੀਂ ਮਿਲਦੇ ਤਾਂ ਅਸੀਂ ਟੈਂਪਰਰੀ ਇਟਲੀ ਤੋਂ ਬਾਹਰੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜੇਕਰ ਕੋਈ ਡਾਕਟਰ ਨਰਸ ਇਟਲੀ ਦੇ ਵਿੱਚ ਆ ਕੇ ਮਰੀਜ਼ਾਂ ਦੀ ਹੈਲਪ ਕਰਨਾ ਚਾਹੁੰਦਾ ਤਾਂ ਉਹ ਆ ਸਕਦਾ ਜੀ ਇਸ ਟਾਈਮ ਕੋਵਾ ਸੰਸਲਵਾ ਦੌਰ ਮੈਕਸੀਕੋ ਤੇ ਬ੍ਰਾਜ਼ੀਲ ਤੋਂ ਇਟਲੀ ਦੇ ਵਿੱਚ ਜਿਹੜੇ ਡਾਕਟਰ ਆ ਕੇ ਕੰਮ ਕਰ ਰਹੇ ਨੇ ਜੇਕਰ ਐਗਜ਼ੈਂਪਲ ਦੇ ਤੌਰ ਤੇ ਇੰਡੀਆ ਜਾਂ ਫਿਰ ਪਾਕਿਸਤਾਨ ਦੇ ਵੀ ਡਾਕਟਰ ਇਟਲੀ ਦੇ ਵਿੱਚ ਆਣਾ ਚਾਹੁੰਦੇ ਨੇ ਤੇ ਪਿਮੁੰਨ ਤੇ ਦੇ ਲਈ ਪਿਮੁੰਨ ਤੇ ਵਲੋਂ ਦਰਵਾਜ਼ੇ ਉਹਨਾਂ ਦੇ ਲਈ ਖੁੱਲੇ ਨੇ ਬਾਕੀ ਉਹਨਾਂ ਨੇ ਐਗਜ਼ੈਕਟ ਨਹੀਂ ਦੱਸਿਆ ਕਿਹੜਾ ਸਿਸਟਮ ਜਾਂ ਕਿਸੇ ਹਿਸਾਬ ਨਾਲ ਐਪਲੀਕੇਸ਼ਨ ਦਾ ਜਿਹੜਾ ਫਾਰਮ ਫਿਲਮ ਕਰਨਾ ਪੈਣਾ ਪਰ ਜਦੋਂ ਵੀ ਸਾਨੂੰ ਦੱਸ ਦੇਤਾ ਸੀ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਹਿਸਾਬ ਦਾ ਹੁੰਦਾ ਹੈ ਅਦੇ ইংল্যান্ড ਨੇ ਸਫਾਰਿਸ਼ ਕੀਤੀ ਹੈ ਜੀ ਫਾਈਜ਼ਰ ਵਾਲੀ ਕੰਪਨੀ ਨੂੰ ਕਿ ਇਹ ਜੋ ਇਹ ਜਿਹੜੀ ਵੈਕਸੀਨ ਆ ਇਸ ਵੈਕਸੀਨ ਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਬਣ ਰਿਆ ਬੰਡਣਾ ਸ਼ੁਰੂ ਕੀਤਾ ਜਾਵੇ ਜਿਹੜੀ ਵੀ ਫਾਈਜ਼ਰ ਬਿਓਨਟੈਕ ਆ ਇਹਨਾਂ ਨੂੰ ਕਿਹਾ ਕਿ ਦਸੰਬਰ ਦੇ ਵਿੱਚ ਹੀ ਬੰਡੀ ਜਾਵੇ ਕਿਉਂਕਿ ਉਹਨਾਂ ਦੇ ਕੋਲ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੀ ਮਾਤਰਾ ਡੋਸ ਹੋ ਜਾਣੀ ਆ ਲੰਬਰ ਦੀਆਂ ਦੇ ਵਿੱਚ 9000 ਤੋਂ ਤਕਰੀਬਨ 92099 ਕੇਸ ਜਿਨ੍ਹਾਂ ਦੇ ਵਿੱਚੋਂ 1500 ਕੇਸ ਸਿਰਫ ਮਿਲਾਨ ਸ਼ਹਿਰ ਦੇ ਵਿੱਚ ਹੀ ਸਾਹਮਣੇ ਆਏ ਨੇ ਜੀ ਇਹੀ ਤੋਂ ਸੋਚਿਆ ਹੈ ਕਿ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਜ਼ੋਨੇਰੋਸੇ ਰੈੱਡ ਜ਼ੋਨ ਦੇ ਨਾਲ ਲੱਗ ਸਕਦੀ ਹੈ ਐਸੀ ਪ੍ਰੋਬਲਮ ਜਿਹੜੀ ਬੰਦੇ ਨੂੰ ਹਰ ਇੱਕ ਬੰਦੇ ਦੇ ਨਾਲ ਹੁੰਦੀ ਹੈ ਵੀਜ਼ਾ ਉਨੀ ਪ੍ਰੀਮਰੀ ਵਾਲੀ ਹੁਣ ਉਹ ਪ੍ਰੋਬਲਮ ਕਿਹੜੀ ਉਹ ਪ੍ਰੋਬਲਮ ਐਦਾਂ ਦੀ ਹੈ ਜੀ ਰੈੱਡ ਜ਼ੋਨ ਲੱਗਿਆ ਨਾਪਲੀ ਤੇ ਫਿਲਹਾਲ ਇਸ ਟਾਈਮ ਨਾਪਲੀ ਦੇ ਵਿੱਚੋਂ ਇਹ ਬਾਹਰ ਆਈ ਹੈ ਪਰ ਸ਼ਾਇਦ ਸਾਰੇ ਪਾਸੇ ਇਹ ਪ੍ਰੋਬਲਮ ਹੈ ਦੁਨੀਆ ਦੇ ਹਰ ਕੋਨੇ ਦੇ ਵਿੱਚ ਪ੍ਰੋਬਲਮ ਹੈ ਨਾਪਲੀ ਦੇ ਵਿੱਚ 12 ਨੂੰ ਕਰ ਦਿੱਤਾ ਬੰਦ ਜੀ ਹੁਣ ਜਿਹੜਾ ਟੈਕਸੀ ਡਰਾਈਵਰ ਹੈ ਟੈਕਸੀ ਡਰਾਈਵਰ ਕਹਿ ਰਹੇ ਨੇ ਜੀ ਜਦੋਂ ਸਾਡਾ ਦੇਰ ਸਵੇਰ ਦਾ ਕੰਮ ਹੁੰਦਾ ਸੀ ਰਾਤ ਦਾ ਕੰਮ ਹੁੰਦਾ ਹੀ ਅਸੀਂ ਉਸ ਵੇਲੇ 12 ਵਿੱਚ ਜਾਂਦੇ ਹੀ ਤਾਂ ਜਿਹੜਾ ਆਪਣਾ ਪ੍ਰਕਿਰਿਆ ਸਰੀਰਕ ਪ੍ਰਕਿਰਿਆ ਕਰਨ ਵਾਲੀ ਹੁੰਦੀ ਸੀ ਉਸ ਪ੍ਰਕਿਰਿਆ ਨੂੰ ਅਸੀਂ ਕਰਕੇ ਰਿਲੈਕਸ ਫੀਲ ਕਰਦੇ ਹੁਣ ਕਹਿ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਦੁਕਾਨਾਂ ਤੁਸੀਂ ਬੰਦ ਕਰਤੀਆਂ 12 ਤੁਸੀਂ ਬੰਦ ਕਰਤੀਆਂ ਕਿ ਰੈੱਡ ਜ਼ੋਨ ਰੈਜ਼ੀਡੈਂਟ ਤੁਸੀਂ ਨਹੀਂ ਖੋਲਣ ਦਿੰਦੇ ਅਸੀਂ ਦੱਸੋ ਕਿੱਥੇ ਜਾਈਏ ਜਾਦਾ ਪਬਲਿਕ ਬਾਥਰੂਮ ਜਿਹੜੇ ਸੁਚਾਲਿਆ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਜੀ ਨਾਭਲੀ ਦੇ ਵਿੱਚ ਹੁਣ ਟੈਕਸੀ ਡਰਾਈਵਰਾਂ ਨੇ ਵੀ ਧਰਨੇ ਲਾਣੇ ਸ਼ੁਰੂ ਕਰ ਦੇਣੇ ਆ ਜੀ ਸ਼ੋਪਿੰਗ ਦਾ ਕੋਈ ਸ਼ਕੀ ਨਹੀਂ ਹੁੰਦਾ ਬਲੈਕ ਫਰਾਈਡੇ ਮੇਰੇ ਸਾਨਾ ਸਾਲ ਦੇ ਲਾਸਟਲੇ ਮਹੀਨਿਆਂ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਜਦੋਂ ਬਲੈਕ ਫਰਾਈਡੇ ਦੀਆਂ ਗੱਲਾਂ ਬਾਤਾਂ ਹੋਣ ਲੱਗਦੀ ਤਾਂ ਹਰ ਬੰਦੇ ਦੇ ਅੰਦਰ ਉਹ ਕੱਡੋ ਪੈਸੇ ਜਿਹੜੇ ਰੱਖਿਆ ਸੀ ਆਪਣੇ ਦਰਾਜਾਂ 'ਚ ਲੁਕੋ ਕੇ ਇਹ ਬਲੈਕ ਫਰਾਈਡੇ ਜਿਹੜਾ ਆਪਣਾ ਫਰਾਂਸ ਦੇ ਵਿੱਚ ਆ ਜੀ ਇੱਕ ਹਫ਼ਤੇ ਦਾ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ ਜੀ ਹੁਣ ਜਿਹੜਾ ਬਲੈਕ ਫਰਾਈਡੇ ਆ ਇਹ ਹੋਣਾ ਜੀ 27 ਨਵੰਬਰ ਨੂੰ ਆਫੀਸ਼ੀਅਲੀ ਤੌਰ ਤੇ ਜੇ ਤੁਸੀਂ ਫਰਾਂਸ ਦੇ ਵਿੱਚ ਰਹਿੰਦੇ ਹੋ ਜਾਂ ਸ਼ੋਪਿੰਗ ਕਰਨ ਜਾਣਾ ਚਾਹੁੰਦੇ ਸੀ ਤਾਂ ਤੁਹਾਨੂੰ ਇੱਕ ਹਫਤਾ ਉਡੀਕਣਾ ਪੈਣਾ ਕਿਉਂਕਿ ਉੱਥੇ ਦਾ ਜਿਹੜਾ ਬਲੈਕ ਫਰਾਈਡੇ ਹੈ ਇੱਕ ਹਫਤਾ ਅੱਗੇ ਕਰ ਦਿੱਤਾ ਗਿਆ ਜੀ ਅੱਧਾ ਇਡਲੀ ਦੇ ਵਿੱਚ ਮਰਨ ਵਾਲੇ ਡਾਕਟਰਾਂ ਦੀ ਜਿਹੜੀ ਇਸ ਮਹਾਮਾਰੀ ਦੇ ਨਾਲ ਲੜਦੇ ਹੋਏ ਜਿਹੜੇ ਸ਼ਹੀਦ ਹੋਏ ਡਾਕਟਰਾਂ ਦੀ ਜਿਹੜੀ ਗਿਣਤੀ ਆ 204 ਹੋ ਚੁੱਕੀ ਹੈ ਜੀ ਅੱਛੇ ਬਲੋਂ ਆਈ ਇੱਕ ਗੁੱਡ ਨਿਊਜ਼ ਈ ਉੱਥੇ ਲਾਥਿਓ ਦੇ ਵਿੱਚ ਜਿੰਨਾ ਵੀ ਲਾਥਿਓ ਦਾ ਸਟੇਟ ਆ ਉਹਦੇ ਵਿੱਚ ਦੁਕਾਨਾਂ ਹੁਣ 9 ਵਜੇ ਤੱਕ ਖੁੱਲ ਸਕਦੀਆਂ ਨੇ ਜੀ ਉੱਥੇ ਦੀ ਲਾਥਿਓ ਦੇ ਜਿਹੜੇ ਸਰਕਾਰ ਆ ਉੱਥੇ ਉਹਨਾਂ ਦਾ ਫੈਸਲਾ ਇਹ ਆ ਕਿ ਦੁਕਾਨਾਂ 9 ਵਜੇ ਤੱਕ ਖੁੱਲਣਗੀਆਂ ਇਹ ਜੋ ਫੈਸਲਾ ਸ਼ਾਇਦ ਕੱਲ ਤੋਂ ਲਾਗੂ ਹੋ ਜਾਣਾ ਜੀ ਅਤੇ ਚਾਈਨਾ ਦੇ ਪ੍ਰੈਜ਼ੀਡੈਂਟ ਆ ਜਿਹੜੇ ਉੱਥੇ ਉਹਨਾਂ ਦਾ ਸ਼ੀ ਜਿੰਗਪਿੰਗ ਜੀ ਦਾ ਇੱਕ ਬਿਆਨ ਆਇਆ ਜੀ ਜਿੰਨੀਆਂ ਵੀ ਕੰਪਨੀਆਂ ਵੈਕਸੀਨ ਬਣਾ ਰਹੀਆਂ ਨੇ ਉਹ ਕਹਿ ਰਹੇ ਨੇ ਜੀ ਜੇ ਤੁਸੀਂ ਜਿੰਨੇ ਵੀ ਵੈਕਸੀਨ ਬਣਾ ਰਹੇ ਹੋ ਕੰਪਨੀਓ ਜਿਹੜੇ ਗਰੀਬ ਦੇਸ਼ਾਂ ਇਹਨਾਂ ਦੇ ਲਈ ਵੀ ਵੈਕਸੀਨ ਜ਼ਰੂਰ ਭੇਜਿਓ ਤੇ ਇਹਨਾਂ ਦਾ ਜਿਹੜਾ ਰੇਟ ਆ ਉਹਨਾਂ ਦੀ ਜ਼ਿੰਦਗੀ ਦੇ ਹਿਸਾਬ ਦੇ ਨਾਲ ਹੀ ਰੱਖਿਓ ਜਿਆਦਾ ਮਹਿੰਗੀ ਨਾ ਕਰ ਦਿਓ ਇਸ ਵੈਕਸੀਨ ਹਟ ਕੇ ਇਸ ਇਹਨਾਂ ਨਿਊਜ਼ਾਂ ਤੋਂ ਹਟ ਕੇ ਤੁਹਾਨੂੰ ਇੱਕ ਹੋਰ ਨਿਊਜ਼ ਵੱਲ ਲੈ ਕੇ ਚੱਲਦੇ ਹਾਂ ਜੀ ਬਲੋਨੀਆ ਦੇ ਵਿੱਚ ਸਟੋਰੀ ਹੈ ਇੱਕ ਆਨਾ 52 ਸਾਲ ਦੀ ਆਨਾ ਜੋ ਕਿ ਇੱਕ 트랜스젠ਡਰਾ ਜਿਹਨੇ 2018 ਦੇ ਵਿੱਚ ਆਪਣਾ ਆਪਰੇਸ਼ਨ ਕਰਾਇਆ ਹੈ ਬੈਂਕੋਂਗ ਦੇ ਵਿੱਚ ਜਾ ਕੇ 2018 ਦੇ ਵਿੱਚ ਬੈਂਕ ਹੌਂਕ ਤਾਂ ਬਾਪਸ ਜਦੋਂ ਇਟਲੀ ਦੇ ਵਿੱਚ ਆਂਦੀ ਹੈ ਉਹਨੂੰ ਕੀ ਮਿਲਦਾ ਉਹਦੇ ਉਹਦੇ ਡੈਸਕ ਉੱਤੇ ਮਿਲਦਾ ਜੀ ਉਹਦਾ ਲਿਸੈਂਸੀਆਮੈਂਟ ਉਹ ਕਿ ਉਹਨੂੰ ਕੰਮ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹਨੇ ਜਿਹੜਾ ਆਪਣਾ ਉਹ ਆਪਣਾ ਆਪ ਨੂੰ ਉਹਨੇ ਬਦਲ ਲਿਆ ਹੈ ਜੋ ਸੀ ਉਸ ਤੋਂ ਕੁਝ ਹੋਰ ਬਣ ਗਈ ਸੀ ਇਸ ਕਰਕੇ 52 ਸਾਲ ਦੀ ਕਹਿ ਰਹੀ ਹੈ ਕਿ ਇਟਲੀ ਦੇ ਵਿੱਚ ਇੰਨੀ ਖੁੱਲੀ ਸੋਚ ਯੂਰਪ ਬਾਹਰਲੇ ਦੇਸ਼ ਅਸੀਂ ਕਹਿੰਦੇ ਇੰਨੀ ਖੁੱਲੀ ਜਿੱਥੇ 20 ਨਵੰਬਰ ਨੂੰ ਟਰਾਂਸ ਜੈਂਡਰ ਦੇ ਮਨਾਇਆ ਜਾਂਦਾ ਉੱਥੇ ਵੀ ਲੋਕ ਇੰਨੀ ਛੋਟੀ ਸੋਚ ਲੈ ਕੇ ਤੁਰ ਰਹੇ ਨੇ ਕਿ ਕੰਮ ਤੋਂ ਕੱਢਿਆ ਜਾ ਰਿਹਾ ਕਿ ਮੈਂ ਮਿਹਨਤ ਮਜ਼ਦੂਰੀ ਕਰਨਾ ਚਾਹਨੀ ਆ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਚਾਹਨੀ ਪਰ ਮੈਨੂੰ ਕੰਮ ਤੇ ਤੇ ਰੱਖੋ ਮੈਨੂੰ ਕੰਮਾਂ ਤੋਂ ਨਾ ਗੱਡੋ ਤੁਸੀਂ ਇਸ ਬਾਰੇ ਕੀ ਸੋਚਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਕੱਲ ਪੋਜ਼ਿਟਿਵ ਆਣਾ ਟੈਸਟਾਂ ਦੇ ਵਿੱਚ ਪੋਜ਼ਿਟਿਵ ਆਣਾ ਕੋਈ ਖਾਸ ਗੱਲ ਨਹੀਂ ਰਹਿ ਗਈ ਹਾਂਜੀ ਹਵਾ ਸੀ ਪਹਿਲਾਂ ਪਹਿਲਾਂ ਮਾਰਚ ਦੇ ਮਹੀਨਿਆਂ ਦੇ ਵਿੱਚ ਫਰਵਰੀ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਜਦੋਂ ਬੰਦਾ ਹਸਪੀਟਲ ਜਾਂਦਾ ਹੀ ਤੇ ਕੋਈ ਕੋਈ ਕਰਮਾਂ ਵਾਲਾ ਹੀ ਵਾਪਸ ਆਉਂਦਾ ਹੀ ਉਸ ਵੇਲੇ ਸੀ ਡਰ ਕੇ ਹਾਂਜੀ ਬੰਦਾ ਪੋਜ਼ਿਟਿਵ ਹੋ ਗਿਆ ਅੱਜ ਕੱਲ ਪੋਜ਼ਿਟਿਵ ਹੋਣਾ ਇੱਕ ਆਮ ਗੱਲ ਹੈ ਥੋੜਾ ਜਿਹਾ ਆਮ ਨਹੀਂ ਅਸੀਂ ਕਹਿੰਦੇ ਅੱਜ ਕੱਲ ਪੋਜ਼ਿਟਿਵ ਹੋਣਾ ਬਹੁਤ ਬੰਦੇ ਪੋਜ਼ਿਟਿਵ ਹੋ ਰਹੇ ਨੇ ਲੋਕਾਂ ਦੇ ਵਿੱਚ ਉਹ ਪਹਿਲੇ ਵਾਂ ਲਈ ਬਾਲੀ دہشت ਨਹੀਂ ਰਹੀ ਤੇ ਜਿਸ ਟਾਈਮ ਕੋਈ ਬੰਦਾ ਪੋਜ਼ਿਟਿਵ ਆਂਦਾ ਤਾਂ ਉਹਦੇ ਵਿੱਚ ਕੋਈ ਸਿੰਪਟਮ ਨਹੀਂ ਹੁੰਦੇ ਵੀ ਉਹਨੂੰ ਵੀ ਹੁੰਦਾ ਯਾਰ ਮੈਨੂੰ ਕਿਉਂ ਪੋਜ਼ਿਟਿਵ ਕੀਤਾ ਗਿਆ ਘਰ ਦੇ ਵਿੱਚ ਕਵਾਰਨਟਾਈਨ ਕੀਤਾ ਗਿਆ ਤੇ ਨਾਰਮਲ ਇੱਕ ਨਾਰਮਲ ਜੀ ਗੱਲ ਹੈ ਜਦ ਕਿਸੇ ਬੰਦੇ ਨੂੰ ਕਵਾਰਨਟਾਈਨ ਕਰ ਦਿੱਤਾ ਜਾਂਦਾ ਤਾਂ ਉਹ ਪਿੰਡ ਚੋਂ ਬਾਹਰ ਨਹੀਂ ਜਾ ਸਕਦਾ ਘਰ ਚੋਂ ਬਾਹਰ ਨਹੀਂ ਜਾ ਸਕਦਾ ਤੇ ਜੇ ਉਹਨੇ ਖਾਣ ਪੀਣ ਦਾ ਸਮਾਨ ਲੈਣਾ ਹੋਵੇ ਤਾਂ ਕਿਹਦੇ ਕੋਲ ਮੰਗਾਵੇ ਹਾਂਜੀ ਸਰਵਿਸਾਂ ਨੰਬਰ ਬਹੁਤ ਨੇ ਪਰ ਕੀ ਉਹ ਸਰਵਿਸਾਂ ਜਿਹੜੀਆਂ ਮੌਈਆ ਕਰਾਈਆਂ ਜਾਂਦੀਆਂ ਤੁਹਾਨੂੰ ਉਹ ਹਰ ਇੱਕ ਸਮਾਨ ਲੈ ਕੇ ਦੇ ਦਿੰਦੀਆਂ ਨਹੀਂ ਜੋ ਤੁਸੀਂ ਮੰਗਦੇ ਹੋ ਇਹ ਤਾਂ ਨਾਰਮਲੀ ਜੇ ਜੇਕਰ ਤੁਸੀਂ ਸਮਾਨ ਲੈਣ ਜਾ ਰਹੇ ਹੋ ਤਾਂ ਤੁਸੀਂ ਘੱਟੋ ਘੱਟ ਹਫ਼ਤੇ ਦਾ ਸਮਾਨ ਇਕੱਠਾ ਲੈ ਲੈਂਦੇ ਹੋ ਜਾਂ ਫਿਰ 2-3 ਦਿਨ ਦਾ ਸ਼ਾਇਦ ਜਿਹੜੀਆਂ ਇਹ ਸਰਵਿਸਾਂ ਹਰ ਰੋਜ਼ ਤੁਹਾਨੂੰ ਸਮਾਨ ਪਹੁੰਚਾਉਂਦੀਆਂ ਨੇ ਇਸ ਕਰਕੇ ਐਦਾਂ ਦੀ ਗੱਲ ਮਾਨਤੋਬਾ ਦੇ ਵਿੱਚ ਆਈ ਜੀ ਉਸ ਦੇ ਲਈ ਪਿੰਡ ਦੇ ਵਿੱਚ ਇੱਕ ਬੰਦਾ ਪੋਜ਼ਿਟਿਵ ਸੀ ਕਵਾਰੰਟਾਈਨ ਕੀਤਾ ਗਿਆ ਪੋਜ਼ਿਟਿਵ ਅਤੇ ਕਵਾਰੰਟਾਈਨ ਸਮਾਨ ਖਰੀਦਣ ਗਿਆ ਜੀ ਮਾਰਕੀਟ ਦੇ ਵਿੱਚ ਸਮਾਨ ਖਰੀਦਣ ਜਾਂਦਾ ਤੇ ਉਸ ਤੋਂ ਬਾਅਦ ਮਾਸਕ ਲਾ ਆਇਆ ਸੀ ਜੀ ਉਹਨੇ ਲਾਇਆ ਹੀ ਮੂੰਹ ਟਾ ਗਿਆ ਹੀ ਕਿ ਮੈਨੂੰ ਪਛਾਣਨਾ ਪਰ ਇਹ ਵੀ ਪੁਲਿਸ ਵਾਲਿਆਂ ਨੇ ਪਛਾਣ ਲਿਆ ਤੇ ਉਹਨੂੰ ਜੁਰਮਾਨਾ ਕੀਤਾ ਤੇ ਹੁਣ ਉਹਦੇ ਸਿਰ ਕੇਸ ਵੀ ਚੱਲ ਸਕਦਾ ਇਸ ਕਰਕੇ ਜਦੋਂ ਕਿਸੇ ਨੂੰ ਕਵਾਰੰਟਾਈਨ ਕੀਤਾ ਜਾਂਦਾ ਰੈੱਡ ਜ਼ੋਨ ਰੋ ਜ਼ੋਨ ਦੇ ਵਿੱਚ ਹੁੰਦੇ ਹੋ ਸਪੈਸ਼ਲੀ ਜੇ ਤੁਸੀ ਚਾਹ ਵੀ ਪੀਣ ਜਾਂਦੇ ਹੋ ਇੱਕ ਆਪਣੇ ਪਾਕਿਸਤਾਨੀ ਵੀਰ ਨੇ ਸਾਨੂੰ ਕਿੱਸਾ ਸੁਣਾਇਆ ਕਿ ਕਿਦਾਂ ਚਾਹ ਪੈ ਗਈ 400 ਰੋ ਦੀ। ਇਹ ਕਿੱਸਾ ਕੋਈ ਇਸ ਤਰ੍ਹਾਂ ਤੁਹਾਨੂੰ ਵੀ ਦੱਸਦੇ ਹਾਂ ਕਿ ਤੁਹਾਡੇ ਨਾਲ ਵੀ ਤਾਂ ਨਾ ਹੋਵੇ ਤੁਸੀਂ ਕਿਸੇ ਬਾਹਰ ਦੇ ਵਿੱਚ ਚਾਹ ਪੀ ਕੇ ਨਿਕਲ ਰਹੇ ਹੋ ਤੇ ਉਸ ਏਰੀਆ ਦੇ ਵਿੱਚ 마ਸਕ ਪਾਣ ਦਾ ਕਾਨੂੰਨ ਲਾਗੂ ਹੋਵੇ ਤੁਸੀਂ 마ਸਕ ਤੋਂ ਬਿਨਾ ਘੁੰਮ ਨਹੀਂ ਸਕਦੇ ਤੇ ਤੁਸੀਂ ਹਜੇ ਚਾਹ ਦਾ ਸਵਾਦ ਹੀ ਟੇਸਟ ਕਰ ਰਹੇ ਹੋ ਤੇ ਪੁਲਿਸ ਅਚਾਨਕ ਨੰਗੇ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ। ਐਦਾਂ ਦਾ ਹੀ ਕੁਝ ਹੋਇਆ ਸੀ ਵਰੀਜ਼ੇ ਦੇ ਵਿੱਚ ਜਿੱਥੇ ਆਪਣੇ ਪਾਕਿਸਤਾਨੀ ਵੀਰਾਂ ਨੂੰ ਇੱਕ ਵੀਰ ਨੂੰ ਹੋਇਆ ਜੀ ਜੁਰਮਾਨਾ 400 ਰੁਪਏ ਦਾ ਤੇ ਉਹ ਜਦੋਂ ਪੁੱਛਦੇ ਹੁੰਦੇ ਨੇ ਨਾ ਜੁਰਮਾਨੇ ਦੇ ਵਿੱਚ ਕਿ ਆਹ ਕੋਲ ਕੋਸਾ ਦਿੱਖਿਆ ਰਾਰਾ ਕਿ ਕੀ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਉੱਥੇ ਜ਼ਰੂਰ ਦੱਸੋ ਵੀ ਮੈਂ ਮਾਸਕ ਕਿਉਂ ਲਾਇਆ ਸੀ ਜਾਂ ਕਿਉਂ ਨਹੀਂ ਸੀ ਲਾਇਆ ਜੇ ਤੁਸੀਂ ਤੁਹਾਡੇ ਜੇ ਤੁਸੀਂ ਚਾਹੋ ਤਾਂ ਦੱਸ ਸਕਦੇ ਹੋ ਨਹੀਂ ਤਾਂ ਤੁਸੀਂ ਜਿਹੜੇ ਰਿਕਾਰਡਸ ਉਹ ਵੇਲੇ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ ਤੇ ਐਦਾਂ ਦਾ ਜੇਕਰ ਤੁਹਾਨੂੰ ਵੀ ਕੋਈ ਜੁਰਮਾਨਾ ਹੋਇਆ ਕਈ ਵਾਰ ਕਿਸੇ ਨੂੰ ਆਟਾ ਲੈਣ ਗਏ ਨੂੰ ਹੀ 400 ਦਾ ਜੁਰਮਾਨਾ ਹੋ ਜਾਂਦਾ ਆਟਾ ਵੀ ਕਈਆਂ ਨੂੰ ਮਹਿੰਗਾ ਪਿਆ ਜੀ ਇਦਾਂ ਦੀਆਂ ਗੱਲਾਂ ਹੋਈਆਂ ਨਾਲ ਦੇ ਪਿੰਡ ਤੋਂ ਆਟਾ ਲੈਣਗੇ 20 ਕਿਲੋ ਦਾ ਆਟਾ ਵੀ 4400 ਰੁਪਏ ਦਾ ਪਿਆ ਇਸ ਕਰਕੇ ਅਜੀਬ ਉਹ ਗਰੀਬ ਜਿਹੜੇ ਇਦਾਂ ਦੇ ਜੁਰਮਾਨੇ ਆ ਸੀ ਤੁਹਾਨੂੰ ਇਹਨਾਂ ਬਾਰੇ ਵੀ ਆਪਣੀਆਂ ਖਬਰਾਂ ਦੇ ਵਿੱਚ ਦੱਸ ਦੇ ਰਵਾਂਗੇ ਜੀ ਵਿਨਚੈਨਸੋ ਦੇ ਲੋਕਾ ਤੁਹਾਨੂੰ ਸਾਰਿਆਂ ਨੂੰ ਜਾਣਨਾ ਕਿ ਸਾਡੀਆਂ ਖਬਰਾਂ ਦੇ ਵਿੱਚ ਖਾਸ ਕਰਕੇ ਅਸੀਂ ਨਾਲਾ ਜਕਰ ਜ਼ਰੂਰ ਕੀਤਾ ਜੈਸ ਵੇਲੇ ਵੀ ਇਹਨਾਂ ਨੇ ਫਰਮਾਨ ਕਰ ਦਿੱ ਕਿਉਂਕਿ ਇਹਨਾਂ ਨੇ ਲਿਆਤੀਆਂ ਤੂਫਾਨ ਹਨੇਰੀਆਂ ਚੱਕਦੀਆਂ ਜੀ ਫਰਮਾਨਾਂ ਦੀਆਂ ਜਾਂਦਾ ਇਹ ਐਮਰਜੈਂਸੀ ਦਾ ਦੌਰ ਚੱਲ ਰਿਹਾ ਜੀ ਇਹਨਾਂ ਨੇ ਆਪਣੇ ਸਕੂਲ ਬੰਦ ਕੀਤੇ ਨੇ ਤੇ ਉੱਤਰੋਂ ਮਿਨਿਸਟਰੀ ਕਹਿ ਰਹੀ ਹੈ ਨਾ ਵੀ ਲੋਕਿਆ ਸਕੂਲ ਤਾਂ ਇਹਨੂੰ ਖੋਲਣੇ ਪੈਣੇ ਜੇ ਕਹਿ ਰਹੇ ਨੇ ਨਹੀਂ ਮੈਂ ਨਹੀਂ ਸਕੂਲ ਖੋਲਦਾ ਜੀ ਹੁਣ ਕਾਫੀ ਗੱਲਬਾਤ ਚੱਲ ਗਈ ਇਹਨਾਂ ਦੇ ਵੀਡੀਓ ਕਾਨਫਰੰਸ ਤੇ ਵੀ ਕੱਲਾਂ ਹੋਈਆਂ ਹੋਮ ਮਿਨਿਸਟਰੀ ਨੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹ ਕਹਿ ਰਹੇ ਨੇ ਕਿ ਸਕੂਲ ਖੋਲੋ ਆਪਣਾ ਡਾਟਾ ਅੰਗੂ ਆੜ ਗਿਆ ਕਿ ਆਪਾਂ ਨਹੀਂ ਖੋਲਦੇ ਨਾ ਖੇਡਣਾ ਤੇ ਨਾ ਹੀ ਖੇਡਣ ਦੇਣਾ ਸਕੂਲ ਤਾਂ ਬੰਦ ਰਹਿਣਗੇ ਜੀ ਹੁਣ ਐਜੂਕੇਸ਼ਨ ਮਿਨਿਸਟਰ ਵੱਲੋਂ ਇਹੀ ਦਬਾਅ ਪਾਇਆ ਜਾ ਰਿਹਾ ਕਿ ਸਕੂਲਾਂ ਨੂੰ ਖੋਲੋ ਬਾਕੀ ਸਟੇਟਾਂ ਤੇ ਗੱਲ ਤਾਂ ਸਰ ਪੈਂਦਾ ਇੱਕ ਦੂਜੇ ਨੂੰ ਦੇਖ ਕੇ ਦੇਖੋ ਦੇਖ ਸਾਰੇ ਫੈਸਲੇ ਲੈ ਰਹੇ ਨੇ ਕੋਈ ਸਰਪੰਚ ਕੋਈ ਕਿਤੇ ਚਾਹੇ ਫਿਰ ਬਾਅਦ ਚ ਉਹਨਾਂ ਨੂੰ ਆਪਣੇ ਫੈਸਲੇ ਨੂੰ ਬਦਲਣਾ ਕਿਉਂ ਨਹੀਂ ਪੈਂਦਾ ਤੁਹਾਨੂੰ ਪਤਾ ਹੋਣਾ ਇਸ਼ਾਰਾ ਮੇਰਾ ਕੇਸ ਪਾਸੇ ਨੂੰ ਆ ਪਿੱਛੇ ਦਾ ਜਿੱਦਾਂ ਦੀ ਖਬਰ ਆਈ ਸੀ ਪਰ ਆਪਣੇ ਜਿਹੜੇ ਵਿੰਜੈਂਸਨ ਦੇ ਲੁਕਾ ਉਹ ਕਹਿ ਰਹੇ ਨੇ ਮੈਂ ਸਕੂਲ ਖੋਲ ਦੇਣਾ ਪਰ ਤੁਸੀਂ ਮੈਨੂੰ 100% ਗਾਰੰਟੀ ਦਿਓ ਕਿ ਮੇਰੇ ਜਿਹੜੀ ਸਟੇਟ ਦੀ ਆਵਾਮ ਆ ਜਿਹੜੇ ਬੱਚੇ ਆ ਜੋ ਕੱਲ ਦਾ ਫਿਊਚਰ ਆ ਉਹਨਾਂ ਦਾ ਫਿਊਚਰ ਤੁਸੀਂ ਖਤਰੇ ਦੇ ਵਿੱਚ ਨਹੀਂ ਪਾ ਰਹੇ ਕਿਉਂਕਿ ਸਰਕਾਰ ਆਪ ਮੰਨ ਰਹੀ ਹੈ ਕਿ ਸਕੂਲ ਅਸੀਂ ਆਪਣੇ ਵੱਲੋਂ ਪੂਰੀ ਸਿਕਿਉਰਿਟੀ ਰੱਖੀ ਆ ਪਰ 100% ਸ਼ੋਰ ਅਸੀਂ ਵੀ ਨਹੀਂ ਹੈਗੇ ਤੇ ਜਿੱਥੇ ਗੱਲ ਮੇਰੇ ਸਹਾਨਾ ਬੱਚਿਆਂ ਦੀ ਆਂਦੀ ਆ ਤੇ ਉੱਥੇ ਜੀਰੋ ਪੁਆਇੰਟ 01% ਵੀ ਖਤਰਾ ਹੋਵੇ ਤਾਂ ਉਹ ਖਤਰੇ ਤੋਂ ਬੱਚਿਆਂ ਨੂੰ ਦੂਰ ਹੀ ਰੱਖਣਾ ਪੈਂਦਾ ਹਾਂਜੀ ਹੋ ਸਕਦਾ ਹੈ ਤੇ ਕਮੈਂਟ ਕਿਸੇ ਮੇਰੇ ਵੀਰ ਦਾ ਜ਼ਰੂਰ ਆਊਗਾ ਕਿ ਇਹ ਜਿਹੜੇ ਅ بڑے بڑے ਪੋਲੀਟਿਕ ਆਪਣੇ ਪੋਲੀਟੀਕਲ ਆ ਜਾਂ ਫਿਰ ਮੰਤਰੀਆ ਇਹਨਾਂ ਦੇ ਵੀ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਆ ਇੱਕ ਗੱਲ ਖਿਆਲ ਰੱਖੋ ਜੀ ਇਹਨਾਂ ਦੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਜਿਨ੍ਹਾਂ ਦੇ ਵਿੱਚ ਆਪਣੇ ਬੱਚੇ ਜਾਂਦੇ ਨੇ ਜੀ ਨਾਰਮਲ ਸਕੂਲਾਂ ਦੇ ਵਿੱਚ ਇਹਨਾਂ ਦੇ ਜਿਹੜੇ ਸਕੂਲ ਹੋਗੇ ਮੁੱਖ ਮੰਤਰੀ ਜਾਂ ਜਿਹੜੇ ਵੀ ਮੰਤਰੀ ਦੇ ਬੱਚੇ ਆ ਸਪੈਸ਼ਲੀ ਉੱਥੇ ਨਾਰਮਲ ਸਕੂਲਾਂ ਦੇ ਨਾਲੋਂ ਬਹੁਤ ਹੀ ਜ਼ਿਆਦਾ ਸੇਫਟੀ ਸਿਕਿਉਰਿਟੀ ਅਤੇ ਦੇਖਭਾਲ ਹੋਗੀ ਹੋ ਸਕਦਾ ਮੈਂ ਗਲਤ ਹੋਵਾਂ ਪਰ ਇੰਦਾ ਹੀ ਹੈ ਜੀ ਤੇ ਜ਼ਿਆਦਾਤਰ ਜਿਹੜੇ ਡਾਕਟਰ ਜਿੰਨਿਆਂ ਕੋਲੋਂ ਮੈਂ ਪੁੱਛਿਆ ਜੀ ਇਹਨਾਂ ਡਾਕਟਰਾਂ ਦੇ ਬੱਚੇ 2 ਜਾਂ 3 ਸਾਲ ਦੇ ਜਾਂ 4 ਸਾਲ ਦੇ ਉਹਨਾਂ ਦੇ ਬੱਚੇ ਅਜੀਲੋ ਜਾ ਰਹੇ ਨੇ ਤਕਰੀਬਨ ਬਹੁਤ ਘੱਟ ਆ ਜਿਹੜੇ ਸਕੂਲਾਂ ਨੂੰ ਭੇਜ ਰਹੇ ਆ ਤੇ ਫਿਰ ਕਿਉਂ ਸਾਨੂੰ ਕਹਿ ਰਹੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜੋ ਜਾਂ ਆਪਣੇ ਬੱਚਿਆਂ ਨੂੰ ਘਰ ਰੱਖ ਰਹੇ ਆ ਤੇ ਚਲੋ ਚੰਗਾ ਦੀ ਸੱਚੀ ਗੱਲ ਜਰ ਇਹਨੂੰ ਇਹ ਜਿਹੜਿਆ ਟੌਪਿਕ ਬਹੁਤ ਜ਼ਿਆਦਾ ਲੰਮਾ ਹੋ ਜਣਾ 9 ਮਹੀਨੇ ਦੇ ਪੇਪਰਾਂ ਤੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕਮੈਂਟ ਕਰੋ ਅਸੀਂ ਇੱਕ ਵੀਡੀਓ ਬਣਾ ਕੇ ਉਹਦੇ ਉੱਤੇ ਵੀ ਪਾ ਦਾਂਗੇ ਤੇ ਇੱਕ ਬੋਨਸ ਹੀ ਜੋ ਕਿ ਭੈਣ ਜੀ ਨੇ ਦੱਸਿਆ ਸੀ ਉਹਨਾਂ ਨੂੰ ਪੈਸੇ ਆ ਉਹਦੇ ਬਾਰੇ ਆ ਆਪਾਂ ਆਪਣੀ ਵੈਬਸਾਈਟ itapunjabi.com ਉਤੇ ਅਪਡੇਟ ਕਰਾਂਗੇ ਦੇਖਣਾ ਨਾ ਭੁੱਲਿਆ ਕਰੋ ਜੇ ਤੁਸੀਂ ਸਾਨੂੰ ਸਾਡੀਆਂ ਖਬਰਾਂ ਵਧੀਆ ਲਾਂਦੀਆਂ ਜੇ ਤੁਹਾਡਾ ਚੈਨਲ ਵਧੀਆ ਲਾਦਾ ਸਾਡਾ ਤੇ ਸਾਡੀ ਜਿਹੜੀ ਵੈਬਸਾਈਟ ਆ itapunjabi.com ਘੱਟੋ ਘੱਟ ਦਿਨ ਦੇ ਵਿੱਚ ਇੱਕ ਚੱਕਰ ਉਹਦੇ ਤੇ ਜ਼ਰੂਰ ਮਾਰਿਆ ਕਰੋ ਕੀ ਪਤਾ ਤੁਹਾਡੇ ਇੰਟਰਸਟਿੰਗ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਚਾਹੀਦੀ ਆ ਉਹ ਤੁਹਾਨੂੰ ਉੱਤੇ ਮਿਲ ਜਵੇ ਚਲੋ ਚੰਗਾ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਹੁਣ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਉਮੀਦ ਕਰਦੇ ਹਾਂ ਕਿ ਅੱਜ ਦੀਆਂ ਖਬਰਾਂ ਵੀ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਣਗੀਆਂ ਚੰਗਾ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਜੀ ਕੁਲਵਿੰਦਰ ਸਿੰਘ ਦੇ ਨਾਲ ਤੁਹਾਡਾ ਆਪਣਾ ਚੈਨਲ ਇਦਾ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ